ਸਾਸ਼ਟ੍ਰੀਕਾਲ ਦੋਸਤੋ ਇੱਕ ਹਿੰਦੀ ਪੰਜਾਬੀ ਫਿਊਜ਼ਨ ਦੇ ਨਾਲ ਇਕੱਠੀ ਕੀਤੀ ਹੋਈ ਵੈਬ ਸੀਰੀਜ਼ ਰਿਲੀਜ਼ ਹੋਈ ਹੈ ਚਮਕ ਕੁਝ ਆਰਟਿਸਟ ਹਿੰਦੀ ਨੇ ਤੇ ਕੁਝ ਆਰਟਿਸਟ ਪੰਜਾਬ ਤੋਂ ਲੈ ਗਏ ਨੇ ਲੇਕਿਨ ਕਹਾਣੀ ਦੀ ਪਿਸ਼ਟ ਭੂਮੀ ਜਿਹੜੀ ਹੈ ਉਹ ਪੰਜਾਬ ਹੈ ਕਹਾਣੀ ਸ਼ੁਰੂ ਹੁੰਦੀ ਹੈ 1999 ਦੇ ਵਿੱਚ ਜਿੱਥੇ ਸਟੇਜ ਦੇ ਉੱਪਰ ਇੱਕ ਸਿਰ ਕੱਟਵੇਂ ਗਾਇਕ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਉਸ ਦਾ ਬੇਟਾ ਉਸ ਟਾਈਮ ਛੋਟਾ ਹੁੰਦਾ ਹੈ ਜਦੋਂ ਉਸ ਦਾ ਮਰਡਰ ਹੋ ਜਾਂਦਾ ਹੈ ਤਾਂ ਗਾਇਕ ਦਾ ਛੋਟਾ ਭਰਾ ਉਸ ਦੇ بیٹے ਨੂੰ ਲੈ ਕੇ ਕੈਨੇਡਾ ਚਲੇ ਜਾਂਦਾ ਹੈ। ਕੈਨੇਡਾ ਦੇ ਵਿੱਚ ਵੀ ਉਸ ਦੀ ਪਰਵਰਿਸ਼ ਠੀਕ ਢੰਗ ਦੇ ਨਾਲ ਨਹੀਂ ਹੁੰਦੀ ਹੈ। ਉੱਥੇ ਜਾ ਕੇ ਉਹ ਕ੍ਰਿਮੀਨਲ ਬਣ ਜਾਂਦਾ ਹੈ। ਕ੍ਰਿਮੀਨਲ ਬਣਨ ਤੋਂ ਬਾਅਦ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਯਾਰਾਂ ਦੋਸਤਾਂ ਦੀ ਮਦਦ ਦੇ ਨਾਲ ਉਹ ਰਿਵਰਸ ਡੌਂਕੀ ਲਾਉਂਦਾ ਹੈ ਤੇ ਪੰਜਾਬ ਆ ਜਾਂਦਾ ਹੈ। ਪੰਜਾਬ ਆ ਕੇ ਉਹ ਆਪਣੇ ਪਿਤਾ ਤੇ ਮਾਤਾ ਦੀ ਜ਼ਿੰਦਗੀ ਨੂੰ ਖੰਗਾਲਣਾ ਸ਼ੁਰੂ ਕਰਦਾ ਹੈ। ਤੇ ਇੱਥੇ ਆ ਕੇ ਉਸ ਨੂੰ ਪਤਾ ਲੱਗਦਾ ਹੈ ਕਿ ਜਿਸ ਨੂੰ ਉਹ ਬਾਪ ਮੰਨ ਰਿਹਾ ਹੈ ਉਹ ਉਸ ਦਾ ਬਾਪ ਹੈ ਹੀ ਨਹੀਂ ਉਸ ਦਾ ਬਾਪ ਇੱਕ ਬਹੁਤ ਸਿਰ ਕੱਢਵਾ ਗਾਇਕ ਸੀ ਜਿਸ ਦੀ ਸਟੇਜ ਦੇ ਉੱਪਰ ਹੀ ਹੱਥਿਆ ਕਰ ਦਿੱਤੀ ਗਈ ਸੀ ਗਾਇਕੀ ਦਾ ਕੀੜਾ ਉਸ ਮੁੰਡੇ ਦੇ ਅੰਦਰ ਵੀ ਹੁੰਦਾ ਹੈ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਵੀ ਇੱਕ ਵੱਡਾ ਗਾਇਕ ਬਣਨਾ ਚਾਹੁੰਦਾ ਹੈ ਪਰ ਉਸ ਦੇ ਸਾਹਮਣੇ ਹੁਣ ਦੋ ਚੀਜ਼ਾਂ ਹਨ ਜਾਂ ਤਾਂ ਗਾਇਕ ਬਣ ਜਾਵੇ ਜਾਂ ਆਪਣੇ ਬਾਪ ਦੇ ਕਾਤਿਲਾਂ ਨੂੰ ਲੱਭ ਲਵੇ ਪਰ ਉਹ ਦੋਨੋਂ ਚੀਜ਼ਾਂ ਹੀ ਕਰਦਾ ਹੈ ਦੋਨੋਂ ਚੀਜ਼ਾਂ ਕਰਨ ਦੇ ਵਿੱਚ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਥਿਉਰੀਜ਼ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਅਲੱਗ-ਅਲੱਗ ਤਰੀਕੇ ਦੇ ਕਰੈਕਟਰ ਉਸ ਨੂੰ ਮਿਲਦੇ ਹੀ ਰਹਿੰਦੇ ਨੇ ਕੀ ਉਹ ਆਪਣੇ ਬਾਪ ਦੇ ਕਾਤਲਾਂ ਨੂੰ ਲੱਭ ਪਾਉਂਦਾ ਹੈ ਤੇ ਕੀ ਉਹ ਵੱਡਾ ਗਾਇਕ ਬਣ ਪਾਉਂਦਾ ਹੈ ਇਸ ਦੇ ਲਈ ਤੁਹਾਨੂੰ ਦੇਖਣੀ ਪਵੇਗੀ ਇਹ ਵੈਬ ਸੀਰੀਜ਼ ਗੱਲ ਕਰੀਏ ਡਾਇਰੈਕਸ਼ਨ ਦੀ ਤਾਂ ਡਾਇਰੈਕਸ਼ਨ ਕੀਤੀ ਹੈ ਰੋਹਿਤ ਜਗਰਾਜ ਨੇ ਜਿਸ ਨੇ ਗਿੱਪੀ ਕਰੇਵਾਲ ਦੇ ਨਾਲ ਆਲਰੇਡੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕਾਫੀ ਹਿੱਟ ਫਿਲਮਾਂ ਦਿੱਤੀਆਂ ਨੇ ਪਤਾ ਨਹੀਂ ਕੀ ਚੱਕਰ ਹੈ ਜਦੋਂ ਪੰਜਾਬੀ ਡਾਇਰੈਕਟਰ ਬਾਹਰ ਕੰਮ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਆਟੋਮੈਟਿਕਲੀ ਕ੍ਰੀਏਟੀਵਿਟੀ ਆ ਜਾਂਦੀ ਹੈ ਲੇਕਿਨ ਜਦੋਂ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਤਾਂ ਜਮ੍ਹਾਂ ਹੀ ਹੱਗ ਦਿੰਦੇ ਨੇ ਸੋ ਇਸ ਦੇ ਵਿੱਚ ਵੀ ਕ੍ਰੀਏਟੀਵਿਟੀ ਦੇਖਣ ਨੂੰ ਕਾਫੀ ਵਧੀਆ ਮਿਲਦੀ ਹੈ ਕਾਫੀ ਕੈਮਰਾ ਵਰਕ ਵੀ ਬਹੁਤ ਵਧੀਆ ਟੰਗ ਨਾਲ ਕੀਤਾ ਗਿਆ ਹੈ ਸਿਨੇਮੈਟੋਗ੍ਰਾਫੀ ਵੀ ਠੀਕ ਠਾਕ ਹੈ ਪਰ ਸਕਰੀਨ ਪਲੇ ਬਹੁਤ ਜ਼ਿਆਦਾ ਢਿੱਲਾ ਹੈ 2 3 4 ਐਪੀਸੋਡ ਚ ਤਾਂ ਬਹੁਤ ਹੀ ਢਿੱਲੇ ਚੱਲਦੇ ਨੇ ਪਹਿਲੇ 2 એપisodes ਬਹੁਤ ਰਫ਼ਤਾਰ ਦੇ ਨਾਲ ਚੱਲਦੇ ਨੇ ਤੇ ਤੁਹਾਨੂੰ ਆਪਣੇ ਨਾਲ ਜੋੜ ਕੇ ਰੱਖਦੇ ਨੇ ਪਰ ਬਾਅਦ ਦੇ ਵਿੱਚ ਹੌਲੀ-ਹੌਲੀ ਤੁਸੀਂ ਟੁੱਟਣਾ ਸ਼ੁਰੂ ਕਰ ਦਿੰਦੇ ਹੋ ਪਰ ਲਾਸਟ ਆਉਂਦੇ-ਆਉਂਦੇ ਤੁਸੀਂ ਇੱਕ ਵਾਰ ਫੇਰ ਤੋਂ ਸੀਰੀਜ਼ ਦੇ ਨਾਲ ਜੁੜ ਜਾਂਦੇ ਹੋ ਗੱਲ ਕਰੀਏ ਆਦਾਕਾਰੀ ਦਾ ਪਰਮਜੀਤ ਨੇ ਮੇਲਾ ਲੁੱਟਿਆ ਹੈ ਪਰਮਜੀਤ ਇਸ ਕੈਰੈਕਟਰ ਦਾ ਲੀਡ ਰੋਲ ਹੈ ਗਿੱਪੀ ਗਰੇਵਾਲ ਦਾ ਬਹੁਤ ਛੋਟਾ ਜਿਹਾ ਰੋਲ ਹੈ ਪ੍ਰਿੰਸ ਕਮਲਜੀਤ ਦਾ ਵੀ ਬਹੁਤ ਛੋਟਾ ਜਿਹਾ ਰੋਲ ਹੈ ਤੇ ਬਾਕੀ ਹੋਰ ਪੰਜਾਬੀ ਆਰਟਿਸਟਾਂ ਦੇ ਵੀ ਛੋਟੇ-ਛੋਟੇ ਰੋਲ ਨੇ ਪਾਵਾ ਸਾਹਿਬ ਨੇ ਬਹੁਤ ਮਜ਼ੇਆ ਹੋਇਆ ਕੈਰੈਕਟਰ ਪਲੇ ਕੀਤਾ ਹੈ ਇਸ ਪੂਰੀ ਸੀਰੀਜ਼ ਦੇ ਵਿੱਚ ਪੂਰੀ ਸੀਰੀਜ਼ ਦਾ ਬੈਕਗ੍ਰਾਉਂਡ ਸਕੋਰ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਯੂਜ਼ ਕੀਤਾ ਗਿਆ ਸੀ ਤੇ ਅਲੱਗ-ਅਲੱਗ ਕਲਾਕਾਰਾਂ ਨੇ ਵੀ ਸ਼ਿਰਕਤ ਕੀਤੀ ਹੈ ਇਸ ਸੀਰੀਜ਼ ਦੇ ਵਿੱਚ ਕੁੱਲ ਮਿਲਾ ਕੇ ਟਾਈਮ ਪਾਸ ਕਰਨ ਦੇ ਲਈ ਇੱਕ ਠੀਕ-ਠਾਕ ਸੀਰੀਜ਼ ਰਿਲੀਜ਼ ਹੋਈ ਹੈ ਇਹ ਇਸ ਦਾ ਪਹਿਲਾ ਸੀਜ਼ਨ ਸੀ ਹੁਣ ਦੂਸਰਾ ਸੀਜ਼ਨ ਆਵੇਗਾ ਉਸ ਦੀ ਕਹਾਣੀ ਨੂੰ ਵੀ ਤੁਹਾਨੂੰ ਖਤਮ ਹੁੰਦੇ ਹੁੰਦੇ ਸਮਝ ਆ ਜਾਵੇਗੀ ਕਿ ਦੂਸਰੀ ਕਹਾਣੀ ਹੁਣ ਕਿਸ ਦੇ ਉੱਪਰ ਬਣਨੇ ਵਾਲੀ ਹੈ ਇਹ ਸੀਜ਼ਨ ਚਮਕੀਲੇ ਦੇ ਨਾਲ ਮਿਲਦਾ ਜੁਲਦਾ ਹੈ ਤੇ ਅਗਲਾ ਸਿੱਧੂ ਨਾਲ ਮਿਲਦਾ ਜੁਲਦਾ ਹੋਏਗਾ